ਪਹਿਲਾਂ ਤਾਂ ਮੈਂ ਉਹਨਾਂ ਨੂੰ ਸਲਿਊਟ ਕਰਦੀ ਹਾਂ ਜਿਨ੍ਹਾਂ ਨੇ ਇਹ ਗਾਣਾ, ਮੇਰੀ ਪਹਿਲੀ ਟੇਪ ਦਾ ਗਾਣਾ ਅਤੇ ਪਹਿਲੀ ਵਾਰ ਮੈਂ ਟੈਲੀਵਿਜ਼ਨ 'ਤੇ ਇਸ ਗਾਣੇ ਨੂੰ ਲੈ ਕੇ ਆਈ ਸੀ ਅਤੇ ਉਦੋਂ ਹੀ ਮੈਨੂੰ ਆਸ਼ੀਰਵਾਦ ਮਿਲਿਆ ਸੀ ਇਸ ਗਾਣੇ 'ਤੇ। ਜਿਹੜੇ ਡਾਇਰੈਕਟਰ ਸਾਹਿਬ ਮੇਰੇ ਖਿਆਲ ਉੱਤੇ ਬੈਠੇ ਸੀ ਅਤੇ ਗੋਇਲ ਕੰਪਨੀ ਭਿੰਦਰ ਡਾਬਾਣੀ ਸਾਹਿਬ ਨੂੰ ਉਹਨਾਂ ਨੇ ਕਿਹਾ ਸੀ ਵੀ ਕੁੜੀ ਬਹੁਤ ਤਰੱਕੀ ਕਰੂਗੀ। ਮੈਂ ਪਹਿਲੀ ਵਾਰ ਇਹ ਗਾਣੇ ਨੂੰ ਲੈ ਕੇ ਗਈ ਸੀ ਅਤੇ ਜਦੋਂ ਇਹ ਗਾਣਾ ਟੈਲੀਵਿਜ਼ਨ 'ਤੇ ਆਇਆ, ਮੈਂ ਇੱਕ ਛੋਟਾ ਜਿਹਾ ਪਿੰਡ 'ਚ ਪ੍ਰੋਗਰਾਮ ਲਾਈ ਜਾਂਦੀ ਸੀ ਅਤੇ ਮੈਂ ਭੱਜ ਕੇ ਜਾ ਕੇ ਸਾਜੀਆਂ ਨੂੰ ਕਿਹਾ ਮੈਂ ਸਾਜ ਵਜਾਓ, ਮੈਂ ਮਾੜਾ ਜਿਹਾ ਮੂੰਹ ਦੇਖ ਆਵਾਂ ਵੀ ਮੈਂ ਟੈਲੀਵਿਜ਼ਨ 'ਚ ਕਿੱਦਾਂ ਦੀ ਲੱਗਦੀ ਹਾਂ। ਬਲੈਕ ਐਂਡ ਵਾਈਟ ਟੀਵੀ ਸੀ। ਪਰ ਜਦੋਂ ਨੂੰ ਮੈਂ ਭੱਜ ਕੇ ਜਾ ਕੇ ਦਰਵਾਜ਼ੇ ਵਾਲੇ ਘਰੇ ਵੜੀ, ਉਦੋਂ ਨੂੰ ਲਾਈਟ ਚਲੀ ਗਈ। ਅੱਜ ਤੱਕ ਮੈਂ ਉਹ ਗਾਣਾ ਬਾਈ ਫੇਸ ਟੈਲੀਵਿਜ਼ਨ 'ਤੇ ਦੇਖਿਆ, ਕਿਉਂਕਿ ਉਦੋਂ ਯੂਟਿਊਬ ਦਾ ਇਹਨਾਂ ਚੀਜ਼ਾਂ ਦਾ ਜ਼ਮਾਨਾ ਤਾਂ ਹੈ ਨਹੀਂ ਸੀ। ਇੱਕ ਵਾਰੀ ਗਾਣਾ ਟੱਪ ਗਿਆ, ਪਰ ਮੈਂ ਉਹਨਾਂ ਹਾਸਿਆਂ ਨੂੰ ਸਲੂਟ ਕਰਦੀ ਹਾਂ ਵੀ ਇੰਨਾ ਪੁਰਾਣਾ ਗਾਣਾ ਉਹਨਾਂ ਨੇ ਯਾਦ ਰੱਖਿਆ। ਲੈ ਚੱਕ ਲੈ ਯਾਰਾ ਵੀ ਤੇਰੀਆਂ ਪੰਜੇ ਚੀਜ਼ਾਂ ਪੂਰੀਆਂ। ਲੈ ਫੜ ਗਜ਼ਰਾ ਗਲ ਦੀ ਗਾਣੀ ਅੱਗੇ ਨਿਸ਼ਾਨੀਆਂ ਵੀ ਬੰਦਿਆਂ ਵਰਗੀਆਂ ਭੋਲੀਆਂ ਹੁੰਦੀਆਂ ਸੀ, ਹੁਣ ਤਾਂ ਆਈਫੋਨ ਤੋਂ ਘੱਟ ਨਿਸ਼ਾਨੀ ਹੈ ਨਹੀਂ। ਹੀਰੇ ਦੀ ਅੰਗੂਠੀ ਤੋਂ ਘੱਟ ਨਿਸ਼ਾਨੀ ਹੈ। ਅੱਗੇ ਜਿਵੇਂ ਪਿਆਰ ਭੋਲਾ ਸੀ, ਉਦੋਂ ਨਿਸ਼ਾਨੀਆਂ ਵੀ ਭੋਲੀਆਂ ਹੁੰਦੀਆਂ ਸੀ, ਹੁਣ ਜਿਵੇਂ ਜਿਵੇਂ ਪਿਆਰ ਐਕਟਿਵ ਹੈ, ਪਿਆਰ ਚੁਸਤ ਹੈ, ਉਵੇਂ ਉਵੇਂ ਨਿਸ਼ਾਨੀਆਂ ਵੀ ਮਹਿੰਗੀਆਂ ਹੀ ਹੈ। ਕਹਿੰਦੇ ਜਦੋਂ ਤੁਹਾਡਾ ਲਵਰ ਜਾਂ ਤੁਹਾਡੀ ਗਰਲਫ੍ਰੈਂਡ ਤੁਹਾਡੇ ਤੋਂ ਗਿਫਟ ਮੰਗਣ ਲੱਗਦੇ, ਉਦੋਂ ਤੁਹਾਡੇ ਦਿਲ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਤੁਹਾਨੂੰ ਪਿਆਰ ਨਹੀਂ ਕਰਦੀ, ਜਲਦੀ ਵਾਪਸ ਹੋ ਜਾਓ। ਜਦੋਂ ਤੁਹਾਡੀ ਮਿਸਿਸ ਤੁਹਾਡੀ ਜੇਬ ਤੋਂ ਜ਼ਿਆਦਾ ਖਰਚਾ ਕਰਨ ਲੱਗਦੇ, ਉਦੋਂ ਇਹ ਸੋਚ ਲਓ ਵੀ ਮੈਂ ਬਾਹਲੀ ਤਰੱਕੀ ਨਹੀਂ ਕਰ ਸਕਦਾ, ਬਸ ਦਾਲ ਫੁਲਕਾ ਚੱਲਦਾ ਰਹੂ। ਜਦੋਂ ਤੁਹਾਡੀ ਔਲਾਦ ਮਾਂ ਬਾਪ ਦੀ ਜੇਬ ਤੋਂ ਅੜੀ ਨਾਲ ਜ਼ਿਆਦਾ ਖਰਚ ਕਰਵਾਉਣ ਲੱਗ ਜੇ, ਉਦੋਂ ਇਹ ਸੋਚ ਲੈਣਾ ਚਾਹੀਦਾ ਵੀ ਬੁਢਾਪੇ 'ਚ ਮੈਨੂੰ ਸੁੱਖ ਨਹੀਂ ਮਿਲਦਾ, ਆਪਦੇ ਸਰੀਰ ਨੂੰ ਹੁਣੇ ਸਾਂਭ ਲਾ, ਜਿਹੜੇ ਚਾਰ ਪੈਸੇ ਆ ਹੁਣੇ ਜਮ੍ਹਾਂ ਕਰ ਲਾ। ਇਹ ਗੱਲਾਂ ਕੌੜੀਆਂ ਜ਼ਰੂਰ ਨੇ, ਪਰ ਸੱਚੀਆਂ ਇਹ ਭੁਲੇਖੇ ਕੱਢ ਦਿਓ, ਜਿੰਨੇ ਭੁਲੇਖੇ ਕੱਢ ਦਾਂਗੇ ਓਨੀ ਸੌਖੀ ਜ਼ਿੰਦਗੀ ਹੈ ਕੱਢ ਲੈਣ। ਲੈ ਫੜ ਗਜ਼ਰਾ ਕਾਲੀ ਦੀ ਗਾਣੀ ਝਾਂਜਰ ਤੇ ਰੁਮਾਲ ਸ਼ਾਨ। ਲੈ ਫੜ ਗਜ਼ਰਾ ਕਾਲੀ ਦੀ ਗਾਣੀ ਚੱਕ ਲੈ ਯਾਰਾ ਵੇ ਪੰਜੇ ਚੀਜ਼ਾਂ ਪੂਰੀਆਂ ਹੋ।
ਲੈ ਚੱਕ ਲੈ ਯਾਰਾ ਪੰਜੇ ਚੀਜ਼ਾਂ ਪੂਰੀਆਂ ਲੈ ਯਾਰਾ ਪੰਜੇ ਚੀਜ਼ਾਂ ਪੂਰੀਆਂ ਹੋ ਚੱਕ ਲੈ ਯਾਰਾ ਪੰਜੇ ਚੀਜ਼ਾਂ ਪੂਰੀਆਂ।